ਸਿਵਲ ਹਸਪਤਾਲ ਗੁਰੂ ਹਰ ਸਹਾਇ ਦੇ ਮੇਨ ਸਟੋਰ ਅਤੇ NHM ਕਮਰੇ ਵਿੱਚ ਅੱਗ ਲੱਗ ਗਈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ SMO ਡਾਕਟਰ ਹੁਸਨਪਾਲ ਨੇ ਦੱਸਿਆ ਕਿ ਮੇਨ ਸਟੋਰ ਵਿੱਚੋਂ ਧੂੰਆਂ ਨਿਕਲਦਾ ਹੋਇਆ ਦਿਖਾਈ ਦਿੱਤਾ। ਜਦੋਂ ਦਰਵਾਜ਼ਾ ਖੋਲ੍ਹ ਕੇ ਦੇਖਿਆ ਤਾਂ ਅੰਦਰ ਅੱਗ ਲੱਗੀ ਹੋਈ ਸੀ। ਇਸ ਅੰਦਰ ਪਿਆ ਕਈ ਦਹਾਕਿਆਂ ਪੁਰਾਣਾ ਰਿਕਾਰਡ ਸੜ ਕੇ ਸਵਾਹ ਹੋ ਗਿਆ। ਅੱਜ ਸਾਡੇ ਮੁਲਾਜ਼ਮ ਜਦੋਂ 9:45 ਡਿਊਟੀ 'ਤੇ ਆਏ ਆ ਤਾਂ ਉਹਨਾਂ ਨੇ ਆਣ ਕੇ ਜੋ ਦਰਵਾਜ਼ਾ ਖੋਲ੍ਹਿਆ ਮੇਨ ਸਟੋਰ ਦਾ, ਅੰਦਰੋਂ ਕਾਫੀ ਧੂੰਆਂ ਨਿਕਲ ਰਿਹਾ ਸੀਗਾ ਅਤੇ ਅੰਦਰ ਵੜਨਾ ਮੁਸ਼ਕਲ ਹੋ ਰਿਹਾ ਸੀ। ਥੋੜ੍ਹੀ ਦੇਰ ਦਰਵਾਜ਼ਾ ਖੋਲ੍ਹਿਆ ਔਰ ਉਸ ਤੋਂ ਬਾਅਦ ਅੰਦਰ ਜਾ ਕੇ ਦੇਖਿਆ ਤਾਂ ਕਾਫੀ ਅੱਗ ਲੱਗੀ ਹੋਈ ਸੀਗੀ ਅਤੇ ਉਹਦਾ ਮੇਨ ਕਾਰਨ ਇਹ ਹੀ ਲੱਗਿਆ ਕਿ ਸਾਰੀ ਸ਼ਾਰਟ ਸਰਕਟਿੰਗ ਹੋ ਗਈ। ਉੱਥੇ ਜਿੰਨੇ ਵੀ ਪਲੱਗ ਸੀ ਸੜੇ ਹੋਏ ਸੀ, ਕੰਪਿਊਟਰ ਸੜ ਗਿਆ, ਕੰਪਿਊਟਰ ਦਾ ਜਿਹੜਾ ਮਟੀਰੀਅਲ ਸੀ ਰਬੜ ਦਾ ਮਟੀਰੀਅਲ ਉਹਨੂੰ ਅੱਗ ਲੱਗੀ ਹੋਈ ਸੀ ਬਹੁਤ ਸਾਰੇ, ਔਰ ਰਜਿਸਟਰ ਜਿੰਨਾ ਵੀ ਸਾਰਾ ਰਿਕਾਰਡ ਸੀਗਾ ਉਹ ਸਾਰੇ ਦਾ ਸਾਰਾ ਹੀ ਸੜ ਗਿਆ। ਰਿਕਾਰਡ ਕਿਹੜੇ ਸਨ ਤੋਂ ਦੇਖਦੇ ਸੀ? ਇਹ ਰਿਕਾਰਡ ਜਿੰਨਾ ਵੀ ਸਾਡਾ ਪੁਰਾਣਾ, ਮੇਰਾ ਖਿਆਲ 80 ਕੁ ਤੋਂ ਲੈ ਕੇ ਹੁਣ ਤੱਕ ਦਾ ਸਾਰਾ ਰਿਕਾਰਡ ਇੱਕ ਜਗ੍ਹਾ ਪਿਆ ਸੀਗਾ, ਉਹ ਸਾਰੇ ਦਾ ਸਾਰਾ ਸੜ ਗਿਆ। ਅਤੇ ਨਾਲ ਦੀ ਨਾਲ ਹੀ ਜਿਉਂ ਹੀ ਅਸੀਂ ਕੰਪਿਊਟਰ ਦੇ NHM ਦਫ਼ਤਰ ਦੇ ਵਿੱਚ, ਸਾਡੇ ਕੋਲ 4 ਕੰਪਿਊਟਰ ਹੈ, ਉਹ ਜਦੋਂ ਹੀ ਔਨ ਕੀਤੇ, ਕੰਮ ਕਰਨ ਵਾਸਤੇ ਸਟਾਰਟ ਕੀਤੇ ਤਾਂ ਸਾਰਿਆਂ ਦੇ ਵਿੱਚ ਧੂੰਆਂ ਪਟਾਕਾ ਵੱਜਿਆ ਔਰ ਧੂੰਆਂ ਨਿਕਲ ਗਿਆ। ਨਾਲ ਦੀ ਨਾਲ ਸਾਡੇ PT ਯੂਨਿਟ ਦੇ ਵਿੱਚ ਜਿਹੜੇ ਦਵਾਈਆਂ ਰੱਖਣ ਲਈ ਸਾਡੇ ਕੋਲ ਮਸ਼ੀਨਾਂ ਹੈ, ਉਹਨਾਂ ਦੇ ਸਟੇਬਲਾਈਜ਼ਰ ਜਿਹੜੇ ਸੀ ਉਹ ਵੀ ਸਾਰੇ ਦੇ ਸਾਰੇ। ਜਿਹੜੇ ਦਵਾਈਆਂ ਸੀ ਅੰਦਰ, ਉਹਨਾਂ ਕੋਈ ਨੁਕਸਾਨ ਹੋਇਆ? ਦਵਾਈਆਂ ਸਾਡੀਆਂ ਦਾ ਬਚਾ ਰਿਹਾ ਕਿਉਂਕਿ ਦਵਾਈਆਂ ਇੱਕ ਸਾਈਡ 'ਤੇ ਸੀਗੀਆਂ ਅਤੇ ਇਸ ਕਰਕੇ ਸਾਡਾ ਉਹਦੇ ਥੋੜ੍ਹਾ ਬਚਾ ਰਹਿ ਗਿਆ। ਕੁੱਲ ਕਿੰਨੀ ਕੁ ਅਮਾਊਂਟ ਦਾ ਨੁਕਸਾਨ ਹੈ ਜੀ? ਦੇਖੋ ਜੀ, ਅੰਦਾਜ਼ਨ 2-3 ਲੱਖ ਰੁਪਈਏ ਦਾ ਸਾਡਾ ਨੁਕਸਾਨ ਹੋ ਗਿਆ। ਸਾਡੇ ਸਿਵਲ ਸਰਜਨ ਸਾਹਿਬ ਵੈਸੇ ਰਾਊਂਡ 'ਤੇ ਆਏ ਹੋਏ ਸੀ, ਉਹਨਾਂ ਨੇ ਇਹ ਚੀਜ਼ ਦੇਖੀ ਵੀ ਆ, ਉਹਨਾਂ ਨੇ ਆਪਣੇ ਅੱਖੀਂ ਵੀ ਦੇਖੀ ਆ, ਬਾਕੀ ਅਸੀਂ ਰਿਟਰਨ ਦੇ ਵਿੱਚ ਸਾਰਾ। ਜਿਹੜੀ ਤੁਸੀਂ ਅੱਗ ਬੁਝਾਈ ਹੈ, ਖੁਦ ਬੁਝਾਈ ਹੈ ਕਿ ਕੋਈ ਫਾਇਰ ਬ੍ਰਿਗੇਡ ਕੋਈ ਆਇਆ ਹੈ? ਨਹੀਂ, ਇਸ ਤਰ੍ਹਾਂ ਦੀ ਫਾਇਰ ਬ੍ਰਿਗੇਡ ਦੀ ਲੋੜ ਨਹੀਂ ਪਈ। ਜਦੋਂ ਅਸੀਂ ਸਾਰਾ ਖੁੱਲ੍ਹਾ ਕਰਕੇ, ਦਰਵਾਜ਼ੇ ਵਗੈਰਾ ਖੁੱਲ੍ਹੇ, ਧੂੰਆਂ ਬਾਹਰ ਨਿਕਲ ਗਿਆ, ਤਾਂ ਫਿਰ ਅਸੀਂ ਪਿੱਛੋਂ ਸਪਲਾਈ ਬੰਦ ਕਰਕੇ ਅਤੇ ਸਾਡੇ ਮੁਲਾਜ਼ਮਾਂ ਨੇ ਉਹ ਸਮਾਨ ਜਿਹੜਾ ਸੀਗਾ ਅੱਗ ਆਪ ਬੁਝਾਈ।